ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਪ੍ਰਸੰਨਤਾ ਹੋਈ ਹੈ ਕਿ ਕਿਸੇ ਗੰਭੀਰ ਵਿਸ਼ੇ ਦੇ ਉੱਤੇ, ਸਪੈਸੀਫਿਕ ਕਿਸੇ ਇੱਕ ਸਬਜੈਕਟ ਦੇ ਉੱਤੇ ਬੋਲਣ ਲਈ ਕਿਹਾ ਗਿਆ ਹੈ। ਉਹ ਹੈ ਸਿੱਖ ਰਹਿਤ ਮਰਿਆਦਾ। ਇਹ ਤਿੰਨ ਲਫ਼ਜ਼ਾਂ ਦੇ ਵਿੱਚ ਸਾਡੀ ਸਾਰੀ ਜੀਵਨ ਜਾਂਚ ਹੈ ਔਰ ਬਹੁਤ ਗੰਭੀਰ ਵਿਸ਼ਾ ਹੈ। ਮੈਂ ਆਪ ਜੀ ਪਾਸੋਂ ਤਵੱਜੋ ਦੀ ਬੇਨਤੀ ਕਰਾਂਗਾ ਔਰ ਇਸ ਗੰਭੀਰ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ, ਕਿਉਂਕਿ ਅਸੀਂ ਸਾਰੇ ਸਿੱਖ ਹਾਂ, ਸਿੱਖ ਦਾ ਅਰਥ ਹੀ ਸਮਝਣਾ ਹੈ। ਪਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤਕਰੀਬਨ 250 ਸਾਲ ਦੇ ਇਸ ਵਕਫੇ ਦੇ ਦੌਰਾਨ ਜੋ ਤੈਅ ਕੀਤੀ ਗਈ, ਉਸ ਨੂੰ ਚੰਦ ਮਿੰਟਾਂ ਦੇ ਵਿੱਚ ਐਕਸਪਲੇਨ ਕਰਨਾ, ਉਹ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਗੱਲ ਹੈ ਜਿਹੜੀ ਕਿ ਦਾਸ ਦੀ ਸਮਰੱਥਾ ਨਹੀਂ ਹੈ। ਪਰ ਫਿਰ ਵੀ ਅਲਪਗ ਬੁੱਧ ਅਨੁਸਾਰ ਇਸ ਗੰਭੀਰ ਵਿਸ਼ੇ ਨੂੰ ਚੁਣ ਕੇ ਇਸ ਦੇ ਬਾਰੇ ਗੱਲ ਕਰਨ ਦੀ ਗੱਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕਹਿੰਦੇ ਇੱਕ ਪਾਇਲਟ ਸੀ ਬ੍ਰਿਟਿਸ਼ ਏਅਰਵੇਜ਼ ਦਾ, ਅਤੇ ਜਿਹੜੀ ਉਹਨਾਂ ਦੀ ਟਿਕਟਿੰਗ ਏਜੰਸੀ ਸੀ ਉਹਦੇ ਸਾਹਮਣੇ ਪੂਰੀ ਵਰਦੀ ਪਾ ਕੇ ਅਤੇ ਇੱਕ ਛੋਟਾ ਜਿਹਾ ਕਿਤਾਬਚਾ ਪੜ੍ਹ ਰਿਹਾ ਸੀ, ਲਰਨ ਫਲਾਇੰਗ ਇਨ 10 ਈਜ਼ੀ ਲੈਸਨਸ। ਸੋ ਇਹ 20 ਮਿੰਟਾਂ ਦੇ ਵਿੱਚ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਗੁਰੂ ਬਖਸ਼ਿਸ਼ ਕਰੀਏ, ਘੱਟੋ ਘੱਟ ਇਸ ਦੀ ਭੂਮਿਕਾ ਔਰ ਇਸ ਦੀ ਜਾਣ ਪਛਾਣ ਹੋ ਸਕੇ। ਬਾਕੀ ਇਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਅਗਰ ਸਿੱਖ ਪੰਥ ਦੇ ਵਿੱਚ ਕੋਈ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਅਗਰ ਕੋਈ ਕਿਤਾਬਚਾ ਪ੍ਰਕਾਸ਼ਿਤ ਹੋਇਆ ਹੈ, ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਾਂਗਾ, ਮਗਰ ਅਗਰ ਉਸ ਤੋਂ ਇਲਾਵਾ ਅਗਰ ਕੋਈ ਕਿਤਾਬਚਾ ਹੋਇਆ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਛਾਪਿਆ ਗਿਆ, ਵੰਡਿਆ ਗਿਆ, ਤਾਂ ਉਹ ਸਿੱਖ ਰਹਿਤ ਮਰਿਆਦਾ ਦਾ ਇਹ ਛੋਟਾ ਜਿਹਾ ਕਿਤਾਬਚਾ ਹੈ, ਜਿਹੜਾ ਸਿੱਖ ਸਾਰੀਆਂ ਸੰਸਥਾਵਾਂ ਨੇ, ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਵੱਖ ਵੱਖ ਜਗ੍ਹਾ ਦੇ ਉੱਤੇ ਛਾਪਿਆ ਗਿਆ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੇ ਇਸ ਨੂੰ ਦੇਖਣ ਦੀ ਜਾਂ ਪੜ੍ਹਨ ਦੀ ਅਜ਼ਹਿਮਤ ਵੀ ਕੀਤੀ ਹੋਏਗੀ। ਔਰ ਉਸ ਤੋਂ ਵੱਡਾ ਧੱਕਾ ਔਰ ਨਾ ਇਨਸਾਫ਼ੀ ਸਾਡੇ ਨਾਲ ਇਹ ਹੈ ਕਿ ਇਹ ਸਾਡਾ ਸੰਵਿਧਾਨ ਹੈ, ਸਾਡੀ ਕਾਂਸਟੀਟਿਊਸ਼ਨ ਹੈ, ਸਾਡਾ ਸਾਰਾ ਕੁਝ ਇਸ ਦੇ ਦਾਰੋ ਮਦਾਰ ਹੈ, ਔਰ ਇਸ ਨੂੰ ਜਦੋਂ ਛਾਪਿਆ ਗਿਆ, ਔਰ ਛਾਪਣ ਲਈ ਇਹ ਨਹੀਂ ਕਿ ਇੱਕਦਮ ਕੋਈ ਚਾਰ ਬੰਦਿਆਂ ਨੇ ਕਹਿ ਦਿੱਤਾ, ਇਸ ਦੇ ਲਈ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਬਾਅਦ ਜਦੋਂ ਪਹਿਲੀ ਵਾਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਅਧੀਨ ਆਇਆ, ਤਾਂ ਸਭ ਤੋਂ ਪਹਿਲਾ ਕੰਮ ਜੋ ਕੀਤਾ ਗਿਆ ਉਹ ਸੀ ਰੋਹ ਰੀਤ ਕਮੇਟੀ ਬਣਾਈ ਗਈ। ਇਹ ਨਹੀਂ ਕਿ ਉਸ ਤੋਂ ਪਹਿਲਾਂ ਸਾਡੀ ਕੋਈ ਮਰਿਆਦਾ ਨਹੀਂ ਸੀ, ਸਾਡੀ ਮਰਿਆਦਾ ਜ਼ਰੂਰ ਸੀ, ਪਰ ਸਾਡੇ ਕੋਲ ਰਹਿਤਨਾਮੇ ਸਨ, ਸਾਡੇ ਕੋਲ ਇਤਿਹਾਸ ਸੀ, ਸਾਡੇ ਕੋਲ ਗਿਆਨੀ ਦਿੱਤ ਸਿੰਘ, ਭਾਈ ਕਾਨ ਸਿੰਘ, ਭਾਈ ਵੀਰ ਸਿੰਘ ਔਰ ਬਹੁਤ ਕੁਝ ਸਾਡੇ ਕੋਲ ਸੀ। ਇਹ ਕੋਈ ਉਸਦੇ ਵਿਰੁੱਧ ਨਹੀਂ ਸੀ, ਪਰ ਉਸ ਰੋਹ ਰੀਤ ਕਮੇਟੀ ਨੇ ਤਕਰੀਬਨ 20 ਸਾਲ ਲਗਾ ਕੇ ਵੱਖ ਵੱਖ ਇਕੱਤਰਤਾਵਾਂ ਕਰਕੇ ਉਹਨਾਂ ਨੇ ਖਰੜਾ ਤਿਆਰ ਕੀਤਾ, ਔਰ ਉਸ ਖਰੜੇ ਨੂੰ ਇਹ ਨਹੀਂ ਕਿ ਸਿੱਧਾ ਹੀ ਛਾਪ ਦਿੱਤਾ, ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚੋਂ ਖਰੜੇ ਭੇਜੇ, ਸਾਰੀ ਦੁਨੀਆ ਤੋਂ ਵਿਚਾਰ ਮੰਗੇ, ਉਸ ਦੇ ਬਾਅਦ ਜਿਹੜੀਆਂ ਵਿਚਾਰਾਂ ਆਈਆਂ ਫਿਰ ਦੁਬਾਰਾ ਉਹਦੇ ਬਾਅਦ ਮੀਟਿੰਗਾਂ ਹੋਈਆਂ, ਸਾਰੀਆਂ ਇਕੱਤਰਤਾਵਾਂ ਹੋਈਆਂ, 1936 ਦੇ ਵਿੱਚ ਜਾ ਕੇ ਇਸ ਨੂੰ ਪਾਸ ਕੀਤਾ ਗਿਆ। ਉਸ ਦੇ ਬਾਅਦ ਫਿਰ ਇਸ 'ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ ਔਰ ਫਾਈਨਲੀ 1945 ਦੇ ਵਿੱਚ ਇਹ ਖਰੜਾ ਜਿਹਾ ਹੈ, ਇਹ ਜੋ ਖਰੜਾ ਸੀ ਹੁਣ ਖਰੜਾ ਨਹੀਂ ਰਹਿ ਗਿਆ, ਖਰੜਾ ਮੈਨੂਸਕ੍ਰਿਪਟ ਨੂੰ ਕਿਹਾ ਜਾਂਦਾ ਹੈ, ਪਰ ਹਾਲੇ ਵੀ ਕਈ ਇਸ ਨੂੰ ਖਰੜਾ ਹੀ ਕਹੀ ਜਾਂਦੇ ਹਨ। ਇਹ ਖਰੜਾ ਨਹੀਂ ਹੈ, ਹੁਣ ਇਹ ਸਾਡਾ ਸੰਵਿਧਾਨ ਹੈ। ਸੰਵਿਧਾਨ ਦਾ, ਕਾਂਸਟੀਟਿਊਸ਼ਨ ਦਾ ਇੱਕ ਮੁੱਢਲਾ ਨਿਯਮ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਉਹ ਬਣ ਰਿਹਾ ਹੁੰਦਾ ਹੈ, ਜਿੰਨੀ ਦੇਰ ਤੱਕ ਉਸ 'ਤੇ ਵਿਚਾਰ ਹੋ ਰਹੀ ਹੁੰਦੀ ਹੈ, ਹਰ ਕਿਸੇ ਨੂੰ ਹੱਕ ਹੈ ਉਸ ਦੇ ਬਾਰੇ ਜੋ ਮਰਜ਼ੀ ਬੋਲੇ, ਜੋ ਮਰਜ਼ੀ ਕਿੰਤੂ ਪਰੰਤੂ ਕਰੇ, ਉਸ ਦੇ ਵਿਰੁੱਧ ਬੋਲੇ। ਪਰ ਜਦੋਂ ਉਹ ਪਾਸ ਹੋ ਜਾਂਦਾ ਹੈ, ਉਸ ਦੇ ਬਾਅਦ ਉਹ ਵਿਰੋਧੀਆਂ ਦੇ ਉੱਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ ਜਿਹੜੇ ਕਿ ਉਸਦੇ ਹਮਾਇਤੀ ਹੁੰਦੇ ਹਨ। ਹੁਣ ਇੱਕ ਗੱਲ ਹੋਰ ਅਸੀਂ ਸਮਝ ਲਈਏ ਕਿ ਇਸ ਦੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰੜਾ ਨਹੀਂ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਨਹੀਂ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇਸ ਦੀ ਪ੍ਰਕਾਸ਼ਕ ਹੈ, ਪ੍ਰਿੰਟਰ ਹੈ, ਪਬਲਿਸ਼ਰ ਹੈ, ਉਹਨਾਂ ਨੇ ਕੇਵਲ ਇਸ ਨੂੰ ਛਾਪਿਆ ਹੈ, ਇਹ ਸਾਰੇ ਪੰਥ ਦਾ
संविधान है, इस नूं असी गंभीरता नाल लईए, असी इस नूं कोशिश करिए कि इह सानूं साडे कोल रहे, इस दे विचों असी सेध लईए। कमियां मेरियां होणगियां, निजी होणगियां, मगर नियम नहीं बदली हो जाएगा, संविधान नहीं बदल जाएगा। इस भावना दे नाल असी इस नूं समझिए और यह भी समझिए कि यह जो है यह मर्यादा गुरु की दित्ती हुई मर्यादा है, यह कोई श्रोमणी गुरुद्वारा कमेटी ने नहीं है। गुरु पंथ ने इस नूं प्रवान करके श्रोमणी कमेटी ने इस नूं प्रकाशित किया और उस तो बाद वख-वख थावां तो प्रकाशित हुई है। हुण मैं विषय दे उत्ते आवां और जिन्ने थोड़े समय दे विच मैं जिस नूं पंछी चात कहिंदे हन मैं उस नूं गल करां। साहिब श्री गुरु गोबिंद सिंह जी महाराज दे कोल एक दफा एक मदार आया, तां जिस वेले अंदर आण लगा तां एक बाहरों एक फुल तोड़ के लै आया। जदों फुल तोड़ के अंदर ले आया, उसने आके हजूर दे चरणा च रखिया, तां हजूर ने कहा ओ मदार इसकी की लोड़ सी? तां ओ मदार कहण लगा जलाले हू दस्ते खाली रुसवा, ऐ अल्लाह दे जलाल, ऐ खुदा दी बरकत, ऐ खुदा दे नूर, जदों किसे महापुरश दे कोल आईए खाली हथ आना शर्म दा कारण है। हजूर ने कहा ओ मदार दस्ते खाली रुसवा, कोरा दिल लैके आना, गुरु ने तुहाडा हथ नहीं वेखना, उसने तुहाडा दस्ते खाली नहीं वेखना, उसने तुहाडा हिरदा वेखना है, हिरदे दे विच तुहाडे शरदा है कि नहीं, हिरदे दे विच तुहाडे भरोसा है कि नहीं, हिरदे दे विच तुहाडे विश्वास है कि नहीं, उसने वह वेखना है। उन्होंने कहा ओ मदार दिले खाली रुसवा, खाली दिल जो है रुसवाई का कारण है। असी गुरु नानक साहब नूं समझ लईए कि अकाल पुरख का निज सरगुण स्वरूप सन, जोत रूप हर आप गुरु नानक कहायो, ये अकाल पुरख की अपनी जोत सी, जिहड़ी जोत ये नौ जामिया चो हुंदी हुई साहिब श्री गुरु गोबिंद सिंह जी महाराज ते तक पहुंची है। सिख पंथ दे विच महान विद्वान होए हन भाई साहब भाई नंद लाल जी, जिहड़े कि औरंगजेब दे बेटे दे पीए कम टीचर सन, जिन्हां ने कमाल दी सारा कुछ लिखिया है। सारा कुछ लिखण दे बाद जदों औरंगजेब दी नौकरी छड के जदों हजूर दे दरबार च आए हन, तां हजूर ने उन्हां नूं कहा नंद लाल तू मेरे नाल आके बैठ जा, बहुत आलम फाजल हन, भाई साहब दीआं गज़लां नूं मर्यादा मुताबक गुरु घर दे विच पढ़न दा हुक्म भी है, हरिमंदर साहब विच उन्हां दीआं गज़लां भी पढ़ियां जांदियां हन। मगर इतने विद्वान होण दे बावजूद जदों हजूर ने कहा कि नंद लाल तू मेरे नाल मेरे आसन ते बैठ जा, वो कहन लगे नहीं हो सकता। हजूर ने कहा क्यों नहीं, जद मैं कह रहा हाँ? ते जिहड़ी गल उन्होंने कही, कहन लगे कि लखां, कहन लगे कि गुरु एक गुरु गोबिंद सिंह लखां नंद लाल पैदा कर सकते हैं, पर लखां नंद लाल मिलकर एक गुरु गोबिंद सिंह नहीं पैदा कर सकते। और ये असलियत है कि ऐसे महान विद्वान, ऐसी महान शख्सियत भाई नंद लाल जी गुरु घर दे विच लंगर की सेवा करते होंगे सन। असी गुरु साहब ने बुद्धिमान नहीं पैदा किते, बुद्धिमान पैदा किते हैं, बुद्धिजीवी नहीं पैदा किते। बड़ा फर्क है, जदों हरिमंदर साहब बन गया, जदों पहली बारी ग्रंथी की अपॉइंटमेंट होनी है, ग्रंथी साहिबान की नियुक्ति होनी है, गुरु घर दे विच बहुत विद्वान सन, भाई साहब भाई गुरदास जी मौजूद सन, जिन्हां दी बाणी नूं गुरबाणी की कुंजी भी कहा गया। पर देखो कमाल का एक सुनेहा है, उसके पहले ग्रंथी जिहड़े थापे गए वह बाबा बुढ़ा जी हैं। और बाबा बुढ़ा जी की जान पछाण असी समझण की कोशिश करिए, बालक हरगोबिंद जी अजे छोटी उम्र के हैं, तो गुरु अर्जन देव जी ने बाबा बुढ़ा जी नूं सद्या, कहन लगे बाबा जी इस बालक हरगोबिंद की पढ़ाई की जिम्मेवारी तुहाडी है, इन्हां नूं तुसीं पढ़ाना है। बाबा बुढ़ा जी हाथ जोड़ के खड़े हो गए, कहन लगे हजूर सच्चे पातशाह मैं तो खुद अनपढ़ हाँ, मैं कदी नहीं पढ़िया, क्यों सारयां दे सामने बुला के मैनू इस तरह कह रहे हो, मैं तो खुद कदी किसी मदरसे विच नहीं गया, मैं इन्हां नूं की पढ़ावांगा, मैं तो खुद अनपढ़ हाँ। भाई साहिब श्री गुरु अर्जन देव जी महाराज ने पूरी गंभीरता नाल कहा बाबा जी मैं पूरी जिम्मेवारी नाल कह रहा हाँ,
ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਬਾਲਕ ਹਰਗੋਬਿੰਦ ਨੂੰ ਤੁਸੀਂ ਉਹ ਪੜ੍ਹਾਈ ਕਰਾਓ ਜਿਹੜੀ ਪੜ੍ਹਾਈ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਰਾਈ ਸੀ। ਅੱਜ ਸਾਨੂੰ ਲੋੜ ਮੁੜ ਲੋੜ ਆਪਣੀ ਬੁੱਧੀਜੀਵੀ ਨੂੰ, ਆਪਣੀ ਬੁੱਧੀਜੀਵੀ ਸਿੱਧੇ ਲਫ਼ਜ਼ਾਂ 'ਚ ਦੋ ਅਰਥ ਹਨ, ਇੱਕ ਤਾਂ ਜਿਹਦੀ ਜੀਵਿਕਾ ਬੁੱਧੀ ਦੇ ਸਹਾਰੇ ਚੱਲੇ ਜਿਵੇਂ ਵਕੀਲ ਵਗੈਰਾ, ਜਿਵੇਂ ਬੁੱਧੀਮਾਨ ਜਿਹੜੇ ਬੁੱਧੀਜੀਵੀ ਹੋ ਜਾਂਦੇ ਹਨ, ਇੱਕ ਤਾਂ ਬੁੱਧੀਜੀਵੀ ਹੈ ਜਿਹਨਾਂ ਦੀ ਜੀਵਿਕਾ ਬੁੱਧੀ ਦੇ ਸਹਾਰੇ ਚੱਲੇ, ਜਾਂ ਬੁੱਧੀਜੀਵੀ ਅੱਜ ਕੱਲ੍ਹ ਉਹ ਹਨ ਜਿਹੜੇ ਸਾਡੇ ਪੰਥ ਦੇ ਵਿੱਚ ਹਨ ਜਿਹਨਾਂ ਦੀ ਬੁੱਧੀ ਵਿੱਚ ਜੀ ਪੈ ਜਾਣ, ਕੀੜੇ ਪੈ ਜਾਣ। ਅਸੀਂ ਸ਼ਰਧਾ ਨੂੰ ਤਰਕ ਕਰਕੇ ਅਸੀਂ ਗੁਰਮਤ ਨੂੰ ਨਹੀਂ ਸਮਝ ਸਕਦੇ। ਗੁਰਮਤ ਨੂੰ ਸਮਝਣ ਲਈ ਸਾਨੂੰ ਇਸ ਦਰ ਦੇ ਉੱਤੇ ਟੈ ਪੈਣਾ ਪਏਗਾ, ਇਸ ਦਰ ਦੇ ਉੱਤੇ ਆ ਕੇ ਅਰਦਾਸ ਕਰਨੀ ਪਏਗੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੁਣ ਮੈਂ ਮੁਕਤਸਰ ਜੇ 10 ਕੁ ਮਿੰਟਾਂ ਦੇ ਵਿੱਚ ਹੀ ਇਸ ਬਹੁਤ ਵੱਡੇ ਵਿਸ਼ੇ ਦੇ ਉੱਤੇ, ਬਾਕੀ ਮੈਂ ਬੇਨਤੀ ਕੀਤੀ ਹੈ, ਬਹੁਤ ਧੰਨਵਾਦੀ ਹੋਵਾਂਗਾ ਜਦੋਂ ਫਿਰ ਕਦੇ ਮੌਕਾ ਮਿਲਿਆ। ਇਸ ਵਿਸ਼ੇ ਨੂੰ ਦਰਅਸਲ ਇਹ ਕਿਸੇ ਸੈਮੀਨਾਰ ਦਾ ਵਿਸ਼ਾ ਹੁੰਦਾ ਹੈ, ਪਰ ਚੋਂਕਿ ਸੰਗਤ ਦੇ ਵਿੱਚ ਵੀ ਲਾਹੇਵੰਦ ਹੈ, ਕਿਉਂਕਿ ਆਮ ਤੌਰ 'ਤੇ ਜਿਹੜੇ ਸੰਗਤ ਵਿੱਚ ਹੁੰਦੇ ਹਨ ਸੈਮੀਨਾਰ ਵਿੱਚ ਨਹੀਂ ਜਾਂਦੇ, ਜਿਹੜੇ ਸੈਮੀਨਾਰ ਵਿੱਚ ਹਨ ਉਹ ਸੰਗਤ ਵਿੱਚ ਨਹੀਂ ਬੈਠਦੇ। ਸੋ ਜੇ ਘੱਟੋ ਘੱਟ ਅਸੀਂ ਇਸ ਨੂੰ ਇੰਟਰੋਡਕਸ਼ਨ ਕਰ ਸਕੀਏ ਤਾਂ ਇਸ ਛੋਟੀ ਜੀ ਬੈਕਗਰਾਊਂਡ ਦੇ ਨਾਲ ਮੈਂ ਬੜੀ ਸਪੀਡ ਦੇ ਵਿੱਚ ਇਸ ਛੋਟੇ ਜਿਹੇ 30 ਪੇਜ ਦੇ ਕਿਤਾਬਚੇ ਦੇ ਵਿੱਚੋਂ ਕੁਛ ਕੁ ਮਦਾਂ ਆਪ ਤੱਕ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਜੋ ਹੈ ਇਸ ਵਿੱਚ ਸਿੱਖ ਦੀ ਪਰਿਭਾਸ਼ਾ ਹੈ। ਸਿੱਖ ਹੈ ਕੌਣ? ਸਿੱਖ ਕਹਿੰਦੇ ਕਿਹਨੂੰ ਹਨ? ਹਰ ਕੋਈ ਆਪਣੇ ਆਪ ਨੂੰ ਸਿੱਖ ਕਹਿ ਰਿਹਾ, ਹਰ ਕੋਈ ਆਪਣੇ ਆਪ ਨੂੰ ਸਿੱਖ ਸਮਝ ਰਿਹਾ, ਹਰ ਕੋਈ ਕਿਸੇ ਦੂਜੇ ਦੇ ਉੱਤੇ ਤੋਹਮਤ ਲਾ ਰਿਹਾ ਤੂੰ ਸਿੱਖ ਨਹੀਂ ਹੈ। ਪਰ ਸਿੱਖ ਕੌਣ ਹੈ? ਬਹੁਤ ਸਾਫ਼ ਲਿਖਿਆ ਹੈ, ਅਸੀਂ ਇਸ ਨੂੰ ਕੋਲ ਰੱਖੀਏ, ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮੌਜੂਦ ਹਨ, ਤੁਸੀਂ ਜ਼ਰੂਰ ਇੱਥੋਂ ਲੈ ਕੇ ਜਾਓ ਔਰ ਜਦੋਂ ਮੌਕਾ ਮਿਲੇ ਇਸ ਨੂੰ ਜ਼ਰੂਰ ਪੜ੍ਹੋ, ਇਹਦੇ ਤੋਂ ਅਗਵਾਈ ਲਓ। ਸਿੱਖ ਦੀ ਪਰਿਭਾਸ਼ਾ ਹੈ ਜੋ ਇਸਤਰੀ ਜਾਂ ਪੁਰਸ਼, ਕਿਸੇ 'ਤੇ ਬੰਦਿਸ਼ ਨਹੀਂ ਹੈ ਕਿ ਇਸਤਰੀ ਹੱਕਦਾਰ ਨਹੀਂ ਹੈ ਜਾਂ ਪੁਰਖ ਹੱਕਦਾਰ ਨਹੀਂ ਹੈ। ਦਰਅਸਲ ਇਹ ਵੀ ਇੱਕ ਮਿਸਨੋਮਰ ਹੈ, ਔਰ ਜੋ ਇਸਤਰੀ ਜਾਂ ਪੁਰਸ਼, ਸਭ ਤੋਂ ਵੱਡੀ ਸ਼ਰਤ ਹੈ ਇੱਕ ਅਕਾਲ ਪੁਰਖ। ਜਿਹੜਾ ਇੱਕ ਅਕਾਲ ਪੁਰਖ ਨੂੰ ਨਹੀਂ ਮੰਨ ਰਿਹਾ, ਜਿਹੜਾ ਇੱਕ ਰੱਬ ਨੂੰ ਨਹੀਂ ਮੰਨ ਰਿਹਾ, ਉਹ ਸਿੱਖ ਨਹੀਂ ਹੈ। ਜਿਸ ਦਰ ਪੇ ਝੁਕੇ ਸਰ ਨਾ ਉਸੇ ਦਰ ਨਹੀਂ ਕਹਤੇ, ਜੋ ਹਰ ਜਾਂ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਜਿਸ ਦਾ ਸਿਰ ਇੱਕ ਅਕਾਲ ਪੁਰਖ ਦੇ ਸਿਵਾ ਕਿਸੇ ਹੋਰ ਚੀਜ਼ ਦੇ ਅੱਗੇ ਝੁਕ ਗਿਆ, ਉਹ ਸਿੱਖ ਨਹੀਂ ਹੋ ਸਕਦਾ। ਪਹਿਲੀ ਸ਼ਰਤ ਹੈ ਕਿ ਜਿਹੜੀ ਉਸ ਪਰਮਾਤਮਾ ਦੇ ਨਾਲ, ਜੇ ਉਸਨੂੰ ਅਸੀਂ ਮੰਨਣਾ ਹੈ, ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣਾ ਹੈ। ਸਿੱਖ ਦਾ ਲਫਜ਼ੀ ਅਰਥ ਹੈ ਫੋਲੋਅਰ। ਫੋਲੋਅਰ ਦਾ ਮਤਲਬ ਹੁੰਦਾ ਹੈ ਜਿਹੜਾ ਫੋਲੋ ਕਰਦਾ ਹੈ। ਅੱਜ ਅਗਰ ਮੈਂ ਫੋਲੋ ਨਹੀਂ ਕਰਨਾ ਚਾਹਾਂ ਤਾਂ ਫਿਰ ਵੀ ਮੈਂ ਆਪਣੇ ਆਪ ਨੂੰ ਫੋਲੋਅਰ ਅਖਵਾਉਣਾ ਚਾਹਾਂ ਤਾਂ ਆਸਾਨ ਹੈ, ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਡਿਕਸ਼ਨਰੀਜ਼ ਬਣਾਉਣ ਵਾਲੇ ਹਨ, ਆਕਸਫੋਰਡ ਵਾਲੇ ਹਨ, ਕੈਂਬਰਿਜ ਵਾਲੇ ਹਨ, ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਤੁਸੀਂ ਫੋਲੋਅਰ ਦਾ ਮਤਲਬ ਇਹ ਵੀ ਨਾਲ ਲਿਖ ਦਿਉ, ਦ ਵਨ ਹੂ ਵਿਲ ਨਾਟ ਫੋਲੋ ਹੀ ਵਿਲ ਆਲਸੋ ਬੀ ਨੋਨ ਐਜ਼ ਏ ਫੋਲੋਅਰ, ਫਿਰ ਹੋ ਸਕਦਾ ਹੈ। ਪਰ ਸਿੱਖੀ ਸਿੱਖਿਆ ਗੁਰ ਵਿਚਾਰ, ਜੇ ਸਿੱਖੀ ਨੂੰ ਨਹੀਂ ਮੰਨਦਾ, ਜੇ ਉਸਦੇ ਗੁਰ ਉਪਦੇਸ਼ ਨੂੰ ਨਹੀਂ ਮੰਨਦਾ, ਜੇ ਉਸਦੇ ਅਸੂਲਾਂ ਨੂੰ ਨਹੀਂ ਮੰਨਦਾ, ਉਹ ਸਿੱਖ ਨਹੀਂ ਹੈ। ਸੋ ਪਹਿਲੀ ਸ਼ਰਤ ਹੈ ਇੱਕ ਅਕਾਲ ਪੁਰਖ ਨੂੰ ਮੰਨੇ, ਕਿਸੇ ਹੋਰ ਨੂੰ ਨਾ ਮੰਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵਕਤ ਸੁਲਤਾਨਪੁਰ ਲੋਧੀ ਨਵਾਬ ਦੇ ਕੋਲ ਗਏ ਤਾਂ ਉਸ ਵੇਲੇ ਉੱਥੇ ਖੜ੍ਹੇ ਸਨ। ਜਨਮ ਸਾਖੀ ਦਾ ਕਰਤਾ ਲਿਖਦਾ ਹੈ, ਭਾਈਆ ਜੈ ਰਾਮ ਜੀ ਕਹਿਣ ਲੱਗੇ, ਇਹ ਨਾਨਕ ਹੈ, ਮੇਰਾ ਸਾਲਾ ਹੈ। ਤਾਂ ਨਵਾਬ ਨੇ ਕਿਹਾ, ਹਲਾ। ਜਦੋਂ ਵਜ਼ੀਰ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਨਾਨਕ ਤੂੰ ਸਲਾਮ ਕਰ, ਇਹ ਨਵਾਬ ਹਨ, ਤਾਂ ਗੁਰੂ ਨਾਨਕ ਸਾਹਿਬ ਨੇ ਜੋ ਜਵਾਬ ਦਿੱਤਾ ਸੀ, ਇਹ ਪੰਥ ਦੀ ਬੁਨਿਆਦ ਹੋ ਰਹੀ ਹੈ। ਉਹਨਾਂ ਨੇ ਜਵਾਬ ਦਿੱਤਾ ਕਿ ਆਤਮਾ ਬੂਤ ਸਲਾਮੀ ਕਰਦ ਗਰਦਨ ਬੇਤਮਾ ਬੁਲੰਦ ਬੁਵਦ, ਜਿਸ ਵਿਅਕਤੀ ਦੇ ਅੰਦਰ ਤਮਾ ਹੋਏਗੀ, ਜਿਸ ਬੰਦੇ ਦੇ ਅੰਦਰ ਲਾਲਚ ਹੋਏਗਾ, ਉਸਦੀ ਗਰਦਨ ਉਹਦੇ ਅੰਦਰ ਤਮਾ ਹੋਏਗੀ, ਉਹਦੀ ਗਰਦਨ ਚੁੱਕੇਗੀ, ਬੇਤਮਾ ਆਦਮੀ ਦੀ ਗਰਦਨ ਨਹੀਂ ਚੁੱਕੇਗੀ। ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੇ ਵਿੱਚ ਵੀ ਉਸ ਪੀਰ ਨੇ ਕਿਹਾ ਸੀ, ਪਹਿਲਾ ਹੁਕਮ ਖੁਦਾਏ ਕਾ, ਦੂਜਾ ਪਹਿਲਾ ਨਾਂ ਖੁਦਾਏ ਕਾ, ਦੂਜਾ ਹੁਕਮ ਰਸੂਲ, ਤੀਜਾ ਕਲਮਾ ਪੜ੍ਹ ਲੈ ਨਾਨਕਾ ਜੇ ਦਰਗੇ ਹੋਣਾ ਕਬੂਲ। ਪਹਿਲੇ ਖੁਦਾ ਦਾ ਨਾਂ, ਦੂਜਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਦਾ ਹੁਕਮ, ਤੀਜਾ ਕੁਰਾਨ ਪਾਕ ਦਾ ਕਲਮਾ। ਜੇ ਇਹ ਤਿੰਨ ਚੀਜ਼ਾਂ ਕਰੇਗਾ
ਤਾਂ ਤੂੰ ਉਸ ਖੁਦਾ ਤੱਕ ਪਹੁੰਚ ਸਕਦਾ ਹੈ, ਤਾਂ ਤੈਨੂੰ ਜੰਨਤ ਨਸੀਬ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਸੀ ਏਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ। ਇਹ ਜਿਹੜੀ ਇੱਕ ਅਕਾਲ ਪੁਰਖ ਦੀ ਸ਼ਰਤ ਹੈ, ਗੁਰੂ ਸਾਹਿਬ ਨੇ ਵਾਹਿਗੁਰੂ ਦੇ ਬੜੇ ਗੁਣ ਦੱਸੇ ਹਨ, ਪਰ ਇੱਕ ਗੁਣ ਜਿਹੜਾ ਉਹਨਾਂ ਨੇ ਕਿਹਾ ਕਿ ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਦੂਸਰਾ ਨਹੀਂ ਹੋ ਸਕਦਾ। ਉਹ ਕਹਿਣ ਲੱਗੇ ਨਹੀਂ, ਖੁਦਾ ਸਾਰੇ ਕੰਮ ਕਰ ਸਕਦਾ ਹੈ, ਖੁਦਾ ਦੇ ਕੋਲ ਤਾਕਤ ਹੈ। ਤਾਂ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਆ ਕੁਦਾਮ ਸਯਸਤ ਕੇ ਖੁਦ ਖੁਦਾਏ, ਆ ਕੁਦਾਮ ਸਯਸਤ ਕੇ ਖੁਦ ਖੁਦਾ, ਖੁਦਾਏ ਜਿਹੜਾ ਦੂਜੀ ਚੀਜ਼ ਨਾ ਪੈਦਾ ਕਰ ਸਕੇ, ਖਲਾਏ ਪੈਦਾ ਨਵੇਂ ਸ਼ਬਦ, ਉਹ ਕਿਹੜੀ ਚੀਜ਼ ਹੈ ਜਿਹੜੀ ਖੁਦਾ ਪੈਦਾ ਕਰਨਾ ਚਾਹੇ ਨਾ ਕਰ ਸਕੇ। ਤਾਂ ਹਜ਼ੂਰ ਨੇ ਕਿਹਾ ਸੀ ਆ ਕੁਦਾਮ ਸਯਸਤ ਕੇ ਖੁਦ ਖੁਦਾਏ, ਖੁਦਾਏ ਦੀਗਰ ਪੈਦਾ ਨਵੇਂ ਸ਼ਬਦ। ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ, ਉਹ ਨਹੀਂ ਕਰ ਸਕਦਾ। ਜਿਹੜਾ ਰੱਬ ਸਾਡਾ ਹੈ ਉਹੀ ਰੱਬ ਨਾਸਤਕਾਂ ਦਾ ਹੈ, ਉਹੀ ਰੱਬ ਈਸਾਈਆਂ ਦਾ, ਉਹੀ ਰੱਬ ਮੁਸਾਈਆਂ ਦਾ, ਉਹੀ ਖੁਦਾ ਸਾਰਿਆਂ ਦਾ ਹੈ, ਮੁਸਲਮਾਨਾਂ ਦਾ ਹੈ। ਸਾਡਾ ਰੱਬ ਇੱਕ ਹੈ, ਏਕ ਪਿਤਾ ਏਕ ਸਕੇਹ ਮੁਬਾਰਕ। ਅਸੀਂ ਇਸ ਚੀਜ਼ ਨੂੰ ਲੈ ਕੇ ਤੁਰਨਾ ਹੈ। ਸਾਡਾ ਕ੍ਰੀਏਟਰ ਇੱਕ ਹੈ, ਜੋ ਨਜ਼ਰ ਆ ਰਹੀ ਹੈ ਉਹ ਕ੍ਰੀਏਸ਼ਨ ਹੈ। ਸੋ ਜਿਹੜੀ ਪਹਿਲੀ ਸ਼ਰਤ ਸਿੱਖ ਰਹਿਤ ਮਰਿਆਦਾ ਦੀ ਸਾਨੂੰ ਦ੍ਰਿੜ ਕਰਨ ਦੀ ਲੋੜ ਹੈ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ। ਅਗਲੀ ਸ਼ਰਤ ਹੈ 10 ਗੁਰੂ ਸਾਹਿਬਾਨ। ਹੁਣ ਇਸ ਦੇ ਵਿੱਚ ਬ੍ਰੈਕਟ ਵਿੱਚ ਕਲੀਅਰ ਕੀਤਾ ਗਿਆ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹਨਾਂ 10 ਪਾਤਸ਼ਾਹੀਆਂ ਨੂੰ ਮੰਨੇ। ਹਜ਼ੂਰ ਨੂੰ ਵੀ ਕਹਿਣਾ ਪਿਆ ਸ੍ਰੀ ਨਾਨਕ ਅੰਗਦ ਕਰ ਮਾਨਾ, ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ, ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ। ਕਈ ਮੂਰਖਾਂ ਨੂੰ ਹਾਲੇ ਵੀ ਭੁਲੇਖਾ ਹੈ, ਕਈ ਇਸ ਦੇ ਵਿੱਚ ਹਾਲੇ ਵੀ ਗੁਰੂ ਨਾਨਕ ਸਾਹਿਬ ਦੀ ਜੋਤ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਫਰਕ ਕਰਨ ਦਾ ਸਮਝਦੇ ਹਨ। ਗੁਰੂ ਗ੍ਰੰਥ ਸਾਹਿਬ ਦੱਸ ਰਹੇ ਹਨ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਏ। ਹਜ਼ੂਰ ਕਹਿੰਦੇ ਹਨ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਰਤਨ ਜੌਹਰ, ਹਮੂ ਮਾਣਕ ਅਸਤ, ਮੈਂ ਹੀ ਨਾਨਕ ਹਾਂ, ਮੈਂ ਹੀ ਗੋਬਿੰਦ ਹਾਂ, ਮੈਂ ਹੀ ਮਾਲਾ ਹਾਂ, ਮੈਂ ਹੀ ਉਸਦੇ ਮਣਕੇ ਹਾਂ। ਇੱਕ ਇਸ ਚੀਜ਼ ਨੂੰ ਅਸੀਂ ਸਮਝ ਲਈਏ ਕਿ ਗੁਰੂ ਨਾਨਕ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਇੱਕ ਹੈ, ਕੋਈ ਵੱਖ ਨਹੀਂ ਹੈ। ਜੇ ਸਰੂਪ ਦੇ ਉੱਤੇ ਭੁਲੇਖਾ, ਜੇ ਸ਼ਿਵਾ ਜੀ ਦੇ ਗੁਰੂ ਸਮਰੱਥ ਰਾਮਦਾਸ ਨੂੰ ਵੀ ਹੋਇਆ ਸੀ ਕਿ ਇਹ ਜਿਹਨਾਂ ਦੇ 6 ਪੁੱਤਰ ਹਨ, ਜਿਹਨਾਂ ਦੇ ਕੋਲ ਅਸਤਰ ਬਸਤਰ ਹਨ, ਜਿਹਨਾਂ ਦੇ ਕੋਲ ਸ਼ਸਤਰ ਹਨ, ਜਿਹਨਾਂ ਦੇ ਕੋਲ ਘੋੜੇ ਹਨ, ਜਿਹਨਾਂ ਕੋਲ ਫੌਜਾਂ ਹਨ, ਇਹ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਕਿਸੇ ਨੇ ਜ਼ਬਰਦਸਤੀ ਕਬਜ਼ਾ ਕੀਤਾ। ਹਜ਼ੂਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਫਰਕ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨਾ ਸਾਹਿਬ ਦੀ ਉਸ ਗੰਗਾ ਦੇ ਵਿੱਚ ਆਪਣੇ ਸੋਨੇ ਦੇ ਕੜੇ ਸੁੱਟੇ ਹਨ, ਤਾਂ ਕਹਿ ਦੇਣ ਕਿ ਉਹ ਛੋਟੀ ਉਮਰ ਸੀ, ਤਾਂ ਹਜ਼ੂਰ ਸਾਹਿਬ ਦੇ ਵਿੱਚ ਨਗੀਨਾ ਘਾਟ ਵਿੱਚ ਉਹਨਾਂ ਨੇ ਬਹਾਦਰ ਸ਼ਾਹ ਦਾ ਦਿੱਤਾ ਨਗੀਨਾ ਵੀ ਸੁੱਟਿਆ, ਉੱਥੇ ਹੀਰਾ ਘਾਟ ਦੇ ਵਿੱਚ ਉਹਨਾਂ ਨੇ ਹੀਰਾ ਵੀ ਸੁੱਟਿਆ। ਸੁਨੇਹਾ ਉਹੀ ਹੈ ਕਿ ਬਾਬਾ ਨਾਨਕ ਮਾਇਆ ਨਹੀਂ ਤਿਆਗੀ ਥੀ, ਮਾਇਆ ਕਾ ਮੋਹ ਤਿਆਗਿਆ ਥਾ। ਜੇ ਤਾਂ ਮਾਇਆ ਦਾ ਮੋਹ ਨਹੀਂ ਛੁੱਟਿਆ, ਇਹਦਾ ਮਤਲਬ ਅਸੀਂ ਉਸ ਸ਼ਰਤ ਤੋਂ ਅਜੇ ਬਹੁਤ ਦੂਰ ਹਾਂ, ਉਸ ਸਫ਼ਰ ਤੋਂ ਬਹੁਤ ਦੂਰ ਹਾਂ। ਦੂਸਰੀ ਚੀਜ਼ ਜਿਹੜੀ ਬਹੁਤ ਅਹਿਮ ਹੈ, ਇਹ ਬਹੁਤ ਸੀਰੀਅਸ ਸਬਜੈਕਟ ਹੈ ਕਿ ਸਿੱਖ ਉਹ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਦਸ਼ਵੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਬਾਣੀ ਦੇ ਸਰੋਤ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਹੈ। ਇਸ ਲਈ ਜਦੋਂ ਨਿਤਨੇਮ ਕਰਾਇਆ ਜਾਂਦਾ ਹੈ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵੀ ਹੈ, ਉਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਹੈ। ਅਗਰ ਇਸ ਵਿੱਚ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰਦਾ, ਉਹ ਸਿੱਖ ਦੀ ਪਰਿਭਾਸ਼ਾ ਤੋਂ ਆਪਣੇ ਆਪ ਨੂੰ ਆਊਟ ਕਰ ਰਿਹਾ ਹੈ। ਸਿੱਖ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਨਿਸ਼ਚਾ ਰੱਖਦਾ ਹੈ। ਇਹ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਸ਼ਰਤ ਹੈ। ਇਸੇ ਮਰਿਆਦਾ ਦੇ ਵਿੱਚ ਅੱਗੇ ਜਾ ਕੇ ਹੈ ਕਿ ਸੰਗਤ ਵਿੱਚ ਕੀਰਤਨ ਗੁਰਬਾਣੀ ਦਾ ਹੋ ਸਕਦਾ ਹੈ। ਗੁਰਬਾਣੀ ਫਿਰ ਸਪਸ਼ਟ ਕੀਤੀ ਗਈ ਹੈ, ਕਥਾ ਫਿਰ ਸਪਸ਼ਟ ਕੀਤੀ ਗਈ ਹੈ, ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ। ਇਸ ਵਿੱਚ ਜਿਹੜੀ ਹੋਰ ਐਡੀਸ਼ਨਲ ਹੋ ਸਕਦੀ ਹੈ ਉਹ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਨਾਲ ਹੈ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ। ਇਹ ਪ੍ਰਮਾਣਿਤ ਹੈ, ਇਸ ਦੇ ਇਲਾਵਾ ਹੋਰ ਕਿਸੇ ਚੀਜ਼ ਦਾ ਇੱਥੇ ਕੀਰਤਨ ਨਹੀਂ ਹੋ ਸਕਦਾ। ਕਥਾ ਵਖਿਆਨ
ਕਵਿਤਾ ਹੋਰ ਚੀਜ਼ ਹੈ, ਪਰ ਜੇ ਗੁਰਬਾਣੀ ਦਾ ਕੀਰਤਨ ਕਰਕੇ ਇਹਨਾਂ ਦਾ ਹੋ ਸਕਦਾ ਹੈ, ਕਿਸੇ ਦੂਸਰੀ ਚੀਜ਼ ਦਾ ਨਹੀਂ ਹੋ ਸਕਦਾ। ਸਿੱਖ ਰਹਿਤ ਮਰਿਆਦਾ ਨੇ ਸਾਰੀ ਮਰਿਆਦਾ ਨੂੰ ਦੋ ਹਿੱਸਿਆਂ ਦੇ ਵਿੱਚ ਤਸਲੀਮ ਕੀਤਾ ਹੈ, ਤਕਸੀਮ ਕੀਤਾ ਹੈ। ਇਸ ਨੇ ਦੋ ਹਿੱਸੇ ਵੰਡੇ ਹਨ, ਇੱਕ ਸਿੱਖ ਦੀ ਨਿੱਜੀ ਰਹਿਣੀ ਹੈ ਜਿਹੜਾ ਉਸਦਾ ਪਰਸਨਲ ਜੀਵਨ ਹੈ, ਇੱਕ ਉਹਦੀ ਪੰਥਕ ਜੀਵਨ ਹੈ। ਜਿਹੜਾ ਉਸਦਾ ਨਿੱਜੀ ਜੀਵਨ ਹੈ, ਉਸ ਵਿੱਚ ਸਭ ਤੋਂ ਪਹਿਲੀ ਸ਼ਰਤ ਹੈ ਸਿੱਖ ਅੰਮ੍ਰਿਤ ਵੇਲੇ ਉੱਠੇ। ਅੰਮ੍ਰਿਤ ਵੇਲੇ ਉੱਠਣ ਦਾ ਅਰਥ ਹੈ ਕਿ ਜਿਹੜਾ ਪਹਿਰ ਰਾਤ ਰਹਿੰਦੀ, ਜਿਸ ਨੂੰ 3 ਵਜੇ ਦਾ ਸਮਾਂ ਹੁੰਦਾ ਹੈ। ਠੀਕ ਹੈ, ਅਗਰ ਕਮੀ ਹੈ ਉਹ ਮੇਰੀ ਹੈ, ਅਗਰ ਕਮੀ ਹੈ ਵਾਹਿਗੁਰੂ ਕਿਰਪਾ ਕਰੇ, ਅਰਦਾਸ ਕਰੋ ਕਿ ਮੈਨੂੰ ਵੀ ਉਹ ਅਤਾ ਬਖਸ਼ੇ, ਅਸੀਂ ਵੀ ਆਪਣੀ ਭੁੱਲ ਬਖਸ਼ਾਈਏ, ਅਸੀਂ ਉਸ ਵਕਤ ਨੂੰ ਸੰਭਾਲੀਏ। ਪਰ ਇਹ ਸ਼ਰਤ ਹੈ, ਇਸ ਵਿੱਚ ਕਿਸੇ ਨੂੰ ਮਾਫੀ ਨਹੀਂ ਹੈ। ਤਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈ ਉਹ ਵਾਹਿਗੁਰੂ ਦਾ ਧਿਆਨ ਰੱਖ ਕੇ, ਵਾਹਿਗੁਰੂ ਨੂੰ ਆਪਣੇ ਚੇਤੇ 'ਚ ਰੱਖ ਕੇ ਉਹਦਾ ਸਿਮਰਨ ਕਰੇ। ਇਹ ਸਭ ਤੋਂ ਪਹਿਲੀ ਸ਼ਰਤ ਹੈ, ਇਹ ਨਿੱਜੀ ਹੈ। ਅਗਲੀ ਜਿਹੜੀ ਸ਼ਰਤ ਹੈ ਨਿਤਨੇਮ ਦੀਆਂ ਬਾਣੀਆਂ ਦੀ ਹੈ ਕਿ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਇੱਥੇ ਬਹੁਤ ਭੁਲੇਖਾ ਹੈ, ਅਸੀਂ ਬੜੀ ਵਾਰੀ 5 ਬਾਣੀਆਂ ਦੀ ਗੱਲ ਕਰਦੇ ਹਾਂ, ਪਰ ਇੰਨੀ ਉਮਰ ਹੋ ਗਈ, ਇੰਨੀ ਦੇਰ ਹੋ ਗਈ, ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ 5 ਬਾਣੀਆਂ ਹੈ ਕਿਹੜੀਆਂ ਹਨ। ਜਿਹੜੀਆਂ 5 ਬਾਣੀਆਂ ਦਾ ਨਿਤਨੇਮ ਕਰਨਾ ਹੈ ਉਹ ਵੱਖਰੀਆਂ ਹਨ, ਜਿਹੜੀਆਂ 5 ਬਾਣੀਆਂ ਅੰਮ੍ਰਿਤ ਸੰਚਾਰ ਦੀਆਂ ਹਨ ਉਹ ਵੱਖ ਹਨ। ਅਜੇ ਤੱਕ ਅਸੀਂ ਇਸ ਚੀਜ਼ ਨੂੰ ਨਹੀਂ ਸਮਝ ਸਕੇ। 5 ਬਾਣੀਆਂ ਜਿਹਨਾਂ ਦਾ ਨਿਤਨੇਮ ਕਰਨਾ ਹੈ ਉਹ ਹਨ ਜਪਜੀ ਸਾਹਿਬ, ਜਾਪ ਸਾਹਿਬ, ਉਸਦੇ ਬਾਅਦ ਹੈ ਸਵਈਏ ਸਰਾਵਕ ਸੁੱਧ ਵਾਲੇ, ਔਰ ਰਾਤ ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਦਾ, ਔਰ ਸੌਣ ਲੱਗਿਆ ਕੀਰਤਨ ਸੋਹਲੇ ਦਾ ਪਾਠ ਕਰਨਾ ਹੈ। ਇਹ 5 ਬਾਣੀਆਂ ਨਿਤਨੇਮ ਦੀਆਂ ਹਨ, ਅੰਮ੍ਰਿਤ ਸੰਚਾਰ ਦੀਆਂ 5 ਬਾਣੀਆਂ ਹਨ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ, ਔਰ ਅਨੰਦ ਸਾਹਿਬ ਦੀਆਂ। ਇਹ 5 ਬਾਣੀਆਂ ਦੋਨੋਂ ਵੱਖ ਵੱਖ ਹਨ। ਅਗਰ ਕੋਈ ਵੱਧ ਪੜ੍ਹਦਾ ਹੈ, ਅਗਰ ਕੋਈ 5 ਦੀ ਬਜਾਏ 7 ਵੀ ਪੜ੍ਹਦਾ, 10 ਪੜ੍ਹਦਾ, ਜਿਤਨਾ ਮਰਜ਼ੀ ਕਰ ਸਕਦਾ, ਇਹ ਉਸਦਾ ਜਾਤੀ ਹੈ। ਪਰ ਜਮਾਤੀ ਤੌਰ ਦੇ ਉੱਤੇ ਜੋ ਹੈ ਉਹ ਇਹ ਬਾਣੀਆਂ ਨਿਸ਼ਚਿਤ ਹਨ, ਘੱਟੋ ਘੱਟ ਇਸ ਦਾ ਪਾਠ ਜ਼ਰੂਰ ਕਰੇ, ਇਹ ਉਸਦੀ ਸਭ ਤੋਂ ਪਹਿਲੀ ਹੈ। ਫਿਰ ਸਿੱਖ ਨੇ ਹਰ ਵੇਲੇ ਅਰਦਾਸ ਕਰਨੀ ਹੈ, ਕਿਸੇ ਕਾਰਜ ਵੇਲੇ ਰੋਜ਼ ਕੀਤੀ ਜਾਂਦੀ ਹੈ, ਹੁਣ ਵੀ ਕੀਤੀ ਜਾਏਗੀ। ਅਰਦਾਸ ਦੀ ਆਰੰਭਤਾ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੈ, ਵਾਰ ਸ੍ਰੀ ਭਗੌਤੀ ਜੀ ਕੀ। ਇਹ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ, ਔਰ ਇਸ ਵਿੱਚ ਵੀ ਲਿਖਿਆ ਗਿਆ ਹੈ ਕਿ ਚੂੰਕਿ ਇਸ ਅਰਦਾਸ ਦੇ ਵਿੱਚ 2 ਲਫ਼ਜ਼ ਹਨ, ਪਹਿਲੀ ਜਿਹੜੀ ਆਰੰਭਤਾ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੈ, ਅਖੀਰਲਾ ਬੰਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ, ਇਹਨਾਂ ਦੋਨਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਹਾਂ, ਵਿਚਕਾਰ ਤੁਸੀਂ ਜਿਹੜੀ ਤਬਦੀਲੀ ਕਰਨੀ ਚਾਹੋ ਉਹ ਕਰ ਸਕਦੇ ਹੋ। ਪਹਿਲੀ ਜਿਹੜੀ ਸ਼ੁਰੂਆਤ ਹੈ, ਜਿਹੜੀ ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ ਹੈ, ਉਹਨਾਂ ਦੀ ਬਾਣੀ ਹੈ, ਉਹ ਹੈ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਵੀਂ, ਪੌੜੀ ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਘਰ ਨੌ ਨਿਧਿਆਵੇ ਤਾਏ, ਸਭ ਥਾਈਂ ਹੋਏ ਸਹਾਏ। ਇੱਥੇ ਪੌੜੀ ਬੰਦ ਹੋ ਜਾਂਦੀ ਹੈ, ਇੱਥੇ ਵਾਰ ਬੰਦ ਹੋ ਜਾਂਦੀ ਹੈ। ਇਹ ਕਿਤਨੀ ਕਮਾਲ ਦੀ ਗੱਲ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਹੈ ਉਹ ਇਸ ਦੇ ਬਾਅਦ ਆਉਂਦਾ ਹੈ। ਹੁਣ ਜੇ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਲਿਖੇਗਾ ਉਹ ਉਹਨਾਂ ਦੇ ਨਾਂ ਨੂੰ ਅਮਿਟ ਨਹੀਂ ਕਰ ਸਕਦਾ। ਇਹ ਇੱਕ ਬਹੁਤ ਵੱਡੀ ਮਤਲਬ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਕਲਮ ਤੋਂ ਜਿਹੜੀ ਇਹ ਦਿੱਤੀ ਹੋਈ ਸਾਨੂੰ ਅਰਦਾਸ ਹੈ, ਔਰ ਜਿਹੜੇ ਅਖੀਰਲੇ ਲਫ਼ਜ਼ ਹੈ ਜਿਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਉਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਕਾ ਭਲਾ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕੀਤੀ ਹੋਏ ਇਹ ਦੂਸਰੇ ਲਫ਼ਜ਼ ਹਨ। ਇੱਕ ਮੈਂ ਹੋਰ ਲਫ਼ਜ਼ ਕਹਿਣੇ ਚਾਹਾਂਗਾ, ਅਰਦਾਸ ਵਿੱਚ ਆਮ ਤੌਰ 'ਤੇ ਇਹਦੇ ਵਿੱਚ ਲਿਖਤੀ ਤੌਰ 'ਤੇ ਵੀ ਹੁਕਮ ਹੈ ਕਿ ਅਰਦਾਸ ਕਰਨ ਸਮੇਂ ਦੋਨੋਂ ਹੱਥ ਜੋੜ ਕੇ ਖੜ੍ਹਾ ਹੋਏ। ਹੱਥ ਜੋੜਨ ਦਾ ਮਤਲਬ ਹੈ ਹੱਥ ਜੋੜ ਕੇ, ਸਾਡੇ ਵੱਖ ਵੱਖ ਰੂਪ ਹੁੰਦੇ ਹਨ। ਮੇਰਾ ਖਿਆਲ ਹੈ ਜੇ 20 ਸੰਗਤ 'ਚ ਹੋਣਗੇ ਪੁਰਾਣੀ, ਤਾਂ 20 ਕਿਸਮ ਨਾਲ ਹੀ ਹੱਥ ਹੋਣਗੇ, ਕਿਸੇ ਦੇ ਗੋਡਿਆਂ ਤੱਕ, ਕਿਸੇ ਦੇ ਵਿਚਕਾਰ, ਕਿਸੇ ਦੇ ਪਿੱਛੇ, ਕਿਸੇ ਦੇ ਥੱਲੇ, ਕਿਸੇ ਨੇ ਕੈਂਚੀ ਬਣਾਈ ਹੋਈ ਹੈ। ਜੋ ਹੁਕਮ ਹੈ ਉਹ ਹੱਥ ਜੋੜ ਕੇ ਅਰਦਾਸ ਕਰਨੀ ਹੈ, ਅਸੀਂ ਮੰਗਤੇ ਬਣਨਾ ਹੈ, ਅਸੀਂ ਉਸਦੇ ਦਰ ਤੋਂ ਮੰਗਣਾ ਹੈ। ਇਸ ਦੇ ਇਲਾਵਾ ਅਰਦਾਸ ਖੜ੍ਹੇ ਹੋ ਕੇ ਕਰਨ ਦੀ ਕੋਸ਼ਿਸ਼ ਕਰਨੀ ਹੈ, ਅਨਲੈਸ ਕੋਈ ਬਹੁਤ ਵੱਡੀ ਕੋਈ ਬਿਪਤਾ ਆ ਜਾਏ। ਇਸ ਦੇ ਬਾਅਦ ਜਿਹੜੀ ਅਗਲੀ ਹੈ ਉਹ ਹੈਗਾ ਗੁਰਦੁਆਰੇ ਦਾ। ਗੁਰਦੁਆਰੇ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਵੀ ਸਪਸ਼ਟ ਲਿਖਿਆ ਹੈ
ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਕਿਸੇ ਪੁਸਤਕ ਨੂੰ ਸਥਾਪਿਤ ਨਹੀਂ ਕਰਨਾ। ਇਹ ਬਹੁਤ ਅਹਿਮ ਹੈ, ਜਿਹੜਾ ਬਾਰ ਬਾਰ ਕੌਮ ਨੂੰ ਜਿਹੜਾ ਕਈ ਵਾਰ ਮਸਲਾ ਖੜਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਾਕਰ ਬਰਾਬਰ ਕਿਸੇ ਹੋਰ ਨੂੰ ਸਥਾਪਿਤ ਨਹੀਂ ਕਰਨਾ, ਪਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਹੋਰ ਪੁਸਤਕ ਨੂੰ, ਪਰ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, ਨਿਤਨੇਮ ਦੀ ਬਾਣੀ, ਅੰਮ੍ਰਿਤ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ, ਦੋ ਸਥਾਨ ਹਨ। ਪਰ ਤੁਸੀਂ ਉਸ ਤੋਂ ਪਹਿਲੇ ਇੱਕ ਗੱਲ ਦੱਸਣੀ ਚਾਹਾਂਗਾ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ, ਜ਼ਰੂਰ ਥੋੜ੍ਹਾ ਜਿਹਾ ਉਸਦਾ ਨਕਸ਼ਾ ਵੇਖਣਾ। ਕਮਾਲ ਦਾ ਨਕਸ਼ਾ ਹੈ, ਗੁਰੂ ਸਾਹਿਬ ਦੀ ਕਾਰੀਗਰੀ ਹੈ, ਉਹਨਾਂ ਦਾ ਚਿਤਵਨਾ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਦਰਬਾਰ ਸਾਹਿਬ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਅਗਰ ਉਹ ਇਸ ਤਰ੍ਹਾਂ ਹੈ ਤਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਦੇ ਸਨਮੁਖ ਨਹੀਂ ਹੈ, ਉਸਦਾ ਮੂੰਹ ਟੇਢਾ ਹੈ, ਖੱਬੇ ਪਾਸੇ ਹੈ। ਇਹ ਗੁਰੂ ਸਾਹਿਬ ਦੀ ਕਮਾਲ ਦੀ ਕਾਰੀਗਰੀ ਹੈ, ਉਹ ਐਂਗਲ ਦੇ ਉੱਤੇ ਹੈ। ਸਾਹਮਣੇ ਹਰਿਮੰਦਰ ਸਾਹਿਬ ਹੈ, ਮਗਰ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਟੇਢਾ ਹੈ। ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਹਨ। ਹਰਿਮੰਦਰ ਸਾਹਿਬ ਦਾ ਨਿਸ਼ਾਨ ਸਾਹਿਬ ਵੱਡਾ ਹੈ, ਜਿਹੜਾ ਅਕਾਲ ਤਖਤ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਉਹ ਉਸ ਤੋਂ ਛੋਟਾ ਹੈ। ਹਰਿਮੰਦਰ ਸਾਹਿਬ ਵਿੱਚ ਬੈਠਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਅਕਾਲ ਤਖਤ ਸਾਹਿਬ 'ਤੇ ਬੈਠਿਆਂ ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਹੁੰਦਾ ਹੈ। ਇਹ ਇੱਕ ਫਿਲਾਸਫੀਕਲ ਇੱਕ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਜ਼ੂਰ ਸਾਹਿਬ ਦੇ ਵਿੱਚ ਵੀ ਤੁਸੀਂ ਜਾਓ, ਹੁਣੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੈ, ਜਿਹੜਾ ਹਰਿਮੰਦਰ ਸਾਹਿਬ ਦਾ ਜੋ ਗੁੰਬਦ ਹੈ ਉਹ ਕਮਲ ਫੁੱਲ ਉਲਟਾ ਹੈ। ਕਮਲ ਫੁੱਲ ਦੇ ਵਿੱਚ ਲੱਛਮੀ ਨਿਵਾਸ ਕਰਦੀ ਹੈ। ਹਰਿਮੰਦਰ ਸਾਹਿਬ ਦਾ ਗੁੰਬਦ ਉਹ ਬੈਠਵਾਂ ਹੈ, ਨਿੱਠਿਆ ਹੋਇਆ ਹੈ, ਉਲਟਾ ਗੁੰਬਦ ਹੈ ਕਮਲ ਦਾ ਫੁੱਲ। ਔਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਗੁੰਬਦ ਹੈ ਉਹ ਬੁਲੰਦ ਹੈ, ਉਹ ਉੱਚਾ ਹੈ। ਇਹ ਸਾਡੀ ਮੀਰੀ ਔਰ ਪੀਰੀ ਦਾ ਚਿੰਨ੍ਹ ਹੈ, ਜਿਸ ਨੂੰ ਇਕਬਾਲ ਨੇ ਕਿਹਾ ਸੀ, ਕਲੰਦਰਾਨਾ ਅਦਾਏ ਸਿਕੰਦਰਾਨਾ ਜਲਾਲ। ਇਸ ਕੌਮ ਦੀਆਂ ਜਿਹੜੀਆਂ ਅਦਾਵਾਂ ਹਨ ਉਹ ਸਿਕੰਦਰਾਂ ਵਰਗੀਆਂ ਹਨ, ਉਹ ਬਾਦਸ਼ਾਹਾਂ ਵਰਗੀਆਂ ਹਨ। ਕਲੰਦਰਾਨਾ ਅਦਾਏ ਸਿਕੰਦਰਾਨਾ ਜਲਾਲ, ਇਹ ਉਮਤੇ ਹੈ ਬਰਹਿਨਾ ਸ਼ਮਸ਼ੀਰੇ। ਕਦੀ ਤਾਂ ਤੁਹਾਨੂੰ ਇਹ ਲੱਟ ਬੋਰੂ ਫਕੀਰਾਂ ਵਰਗੇ ਨਜ਼ਰ ਆਉਣਗੇ, ਕਦੀ ਤਾਂ ਸੰਤ ਨਜ਼ਰ ਆਉਣਗੇ, ਔਰ ਕਿਸੇ ਵੇਲੇ ਦੇਖੋਗੇ ਬਾਦਸ਼ਾਹ ਵੀ ਇਹਨਾਂ ਅੱਗੇ ਮੱਧਮ ਪੈ ਜਾਂਦੇ ਹਨ। ਇਹ ਜਿਹੜੀ ਉਮਤ ਹੈ, ਇਹ ਗੁਰੂ ਨਾਨਕ ਸਾਹਿਬ ਦੀ ਉਮਤ ਜੋ ਹੈ, ਇਹ ਉਮਤ ਤਲਵਾਰ ਦੀ ਛਾਂ ਥੱਲੇ ਪਲੀ ਹੋਈ ਹੈ, ਉਸੇ 'ਚ ਰਹਿੰਦੀ ਹੈ। ਸੋ ਉੱਥੇ ਸਿੱਖਾਂ ਦੀ ਚੇਤਨਤਾ, ਜਿਹੜੇ ਹਜ਼ੂਰ ਸਾਹਿਬ ਦੇ ਵਿੱਚ ਸਿੰਘ ਹਨ ਉਹ ਹਜ਼ੂਰੀ ਸਿੰਘ ਹਨ, ਹਜ਼ੂਰ ਦੇ ਨਾਲ ਗਏ ਸਨ, ਉਹਨਾਂ ਨੂੰ ਹਜ਼ੂਰੀ ਸਿੰਘ ਕਿਹਾ ਜਾਂਦਾ ਹੈ। ਅੱਜ ਵੀ ਤੁਸੀਂ ਵੇਖੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਪਾਲਕੀ ਦਾ ਗੁੰਬਦ ਗੁਰੂ ਗ੍ਰੰਥ ਸਾਹਿਬ ਵਰਗਾ ਹੈ, ਉਹ ਹਰਿਮੰਦਰ ਸਾਹਿਬ ਵਰਗਾ ਹੈ, ਜਿੱਥੇ ਦਸਮ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਕੀਤਾ ਗਿਆ। ਉਹ ਪਾਲਕੀ ਬਹੁਤ ਨੀਵੀਂ ਹੈ, ਬਹੁਤ ਛੋਟੀ ਹੈ, ਔਰ ਉਸਦਾ ਗੁੰਬਦ ਜੋ ਹੈ ਸ੍ਰੀ ਅਕਾਲ ਤਖਤ ਸਾਹਿਬ ਵਰਗਾ। ਸੋ ਜਿਹੜੀ ਅਗਲੀ ਮੱਦ ਹੈ ਉਹ ਕਿਸੇ ਵੀ ਵਿਅਕਤੀ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗਦੇਲਾ ਆਸਨ ਜਾਂ ਹੋਰ ਕੋਈ ਲਗਾ ਕੇ ਬੈਠਣਾ, ਉਹ ਮਨਮਤ ਹੈ। ਇੱਕ ਚੀਜ਼ ਨਵੀਂ ਹੋ ਰਹੀ ਹੈ, ਜੇ ਅਸੀਂ ਦੇਖੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜ਼ਮੀਨ ਦੇ ਉੱਤੇ ਪ੍ਰਕਾਸ਼ ਹੋਇਆ, ਥੱਲੇ ਪ੍ਰਕਾਸ਼ ਹੋਇਆ ਔਰ ਮੰਜੀ ਸਾਹਿਬ ਦੇ ਉੱਤੇ ਪ੍ਰਕਾਸ਼ ਹੋਇਆ। ਦਰਅਸਲ ਪਹਿਲੇ ਟਾਈਮ ਦੇ ਵਿੱਚ ਕੋਈ ਆਸਨ 'ਤੇ ਬੈਠਦਾ, ਕੋਈ ਸਿੰਘਾਸਨ 'ਤੇ ਬੈਠਦਾ, ਕੋਈ ਮ੍ਰਿਗ ਛਾਲਾ 'ਤੇ ਬੈਠਦਾ, ਕੋਈ ਕਿਸੇ ਚੀਜ਼ ਦੇ ਉੱਤੇ ਬੈਠਦਾ ਸੀ, ਪਰ ਜਿਹੜੇ ਗ੍ਰਸਤੀ ਹਨ ਉਹ ਮੰਜੀ ਦੇ ਉੱਤੇ ਬੈਠਦੇ ਸਨ। ਗੁਰੂ ਸਾਹਿਬ ਨੇ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕਰਨਾ ਸੀ, ਆਪ ਥੱਲੇ ਜ਼ਮੀਨ ਦੇ ਉੱਤੇ ਬੈਠ ਗਏ ਔਰ ਉਹਨਾਂ ਨੇ ਮੰਜੀ ਸਾਹਿਬ ਦੇ ਉੱਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਿਤ ਕਰ ਦਿੱਤਾ। ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਦੇਖੋ, ਉੱਥੇ ਪਾਲਕੀ ਨਹੀਂ ਹੈ। ਮੈਨੂੰ ਯਾਦ ਆਉਂਦਾ ਹੈ ਇੱਕ ਸਰਦਾਰ ਸਾਹਿਬ ਸਨ ਕੈਨੇਡਾ, ਅਤੇ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਉਹਨਾਂ ਨੂੰ ਮਿਲੇ, ਕਹਿਣ ਲੱਗੇ ਮੇਰਾ ਦਿਲ ਕਰਦਾ ਕਿ ਮੈਂ ਹਰਿਮੰਦਰ ਸਾਹਿਬ ਵਿੱਚ ਬਹੁਤ ਸੋਹਣੀ ਪਾਲਕੀ ਦੇ ਦਿਆਂ। ਤਾਂ ਸਿੰਘ ਸਾਹਿਬ ਕਹਿਣ ਲੱਗੇ, ਸਰਦਾਰ ਸਾਹਿਬ ਤੁਸੀਂ ਇਹ ਦੱਸੋ ਕਿ ਕਦੇ ਤੁਹਾਡੇ ਤੋਂ ਜ਼ਿਆਦਾ ਅਮੀਰ ਇੱਥੇ ਨਹੀਂ ਆਇਆ ਹੋਏਗਾ, ਜਾਂ ਕੀ ਤੁਹਾਡੇ ਤੋਂ ਕਦੀ ਸਿਆਣਾ ਇੱਥੇ ਨਹੀਂ ਆਇਆ ਹੋਏਗਾ। ਪਰ ਜੇ ਇਹਨਾਂ ਦੋਨਾਂ ਗੱਲਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਵਿੱਚ ਪਾਲਕੀ ਨਹੀਂ ਹੈ, ਸਰ ਤੁਸੀਂ ਇਹ ਸਵਾਲ ਕਰ ਸਕਦੇ ਹੋ ਪਾਲਕੀ ਨਹੀਂ ਹੈ, ਕਿਉਂ ਨਹੀਂ ਹੈ? ਪਾਲਕੀ ਇੱਕ ਕਨਵੇਂਸ ਹੈ, ਇੱਕ ਸਫ਼ਰ ਦਾ ਸਾਧਨ ਹੈ। ਜਿੱਥੇ ਮਹਾਰਾਜ ਦਾ ਸਥਾਨ ਹੈ, ਸੁਖਾਸਨ ਸਥਾਨ ਹੈ, ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਪਾਲਕੀ ਦੇ ਵਿੱਚ ਆਉਂਦੀ ਹੈ। ਤੁਸੀਂ ਗੱਡੀ ਨੂੰ, ਸਕੂਟਰ ਨੂੰ, ਆਪਣੀ ਕਾਰ ਨੂੰ ਜਾਂ ਆਪਣੀ ਸਾਈਕਲ ਨੂੰ, ਬਾਈਕ ਨੂੰ ਅੰਦਰ ਨਹੀਂ ਲੈ ਆਉਂਦੇ, ਉਹਨੂੰ ਬਾਹਰ ਦਰਵਾਜ਼ੇ 'ਤੇ ਛੱਡ ਦਿੰਦੇ ਹੋ। ਮਹਾਰਾਜ ਦੀ ਪਾਲਕੀ ਬਾਹਰੋਂ ਦਰਵਾਜ਼ੇ ਤੋਂ ਵਾਪਸ ਚਲੀ ਜਾਂਦੀ ਹੈ।
ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤੋਂ ਚਲੀ ਜਾਂਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੰਜੀ ਸਾਹਿਬ ਦੇ ਉੱਤੇ ਹੋ ਕੇ ਉਸ ਸਥਾਨ ਦੇ ਉੱਤੇ ਮੰਜੀ ਸਾਹਿਬ ਦੇ ਉੱਤੇ ਕਰ ਦਿੱਤਾ ਜਾਂਦਾ ਹੈ। ਉਹ ਸਾਡੇ ਲਈ ਕੇਂਦਰੀ ਧੁਰਾ ਹੈ, ਅਸੀਂ ਉਸ ਦੇ ਵਿੱਚੋਂ ਕਈ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। ਅਗਲੀ ਜਿਹੜੀ ਤੁਕ ਹੈ ਉਹ ਬਹੁਤ ਇੰਪੋਰਟੈਂਟ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਬੜਾ ਛੋਟਾ ਜਿਹਾ ਮਸਲਾ ਹੈ, ਪਰ ਕਈ ਵਾਰੀ ਸਾਡੀ ਅਣਗਹਿਲੀ ਕਹਿ ਲਓ, ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਸਾਡੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਹੋਏਗਾ ਜਾਂ ਸੁਰਮਈ ਹੋਏਗਾ। ਬਸੰਤੀ ਰੰਗ ਜੋ ਹੈ ਉਹ ਹਲਕੇ ਪੀਲੇ ਫੁੱਲਾਂ ਦੇ ਰੰਗ ਨੂੰ ਬਸੰਤੀ ਕਿਹਾ ਜਾਂਦਾ ਹੈ, ਪਰ ਅੱਜ ਅਸੀਂ ਆਪਣੀ ਅਣਗਹਿਲੀ ਨਾਲ ਉਸਨੂੰ ਅਸੀਂ ਕੇਸਰੀ ਰੰਗ ਵਿੱਚ ਤਬਦੀਲ ਕਰ ਦਿੱਤਾ ਹੈ। ਸੋ ਮੱਚ ਸੋ ਈਵਨ ਜਿਹੜਾ ਅਕਾਲ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਦੇ ਵਿੱਚ ਵੀ ਨਿਸ਼ਾਨ ਸਾਹਿਬ ਹੈ ਉਹ ਵੀ ਕੇਸਰੀ ਹੋ ਚੁੱਕਾ ਹੈ। ਗੁਰਦੁਆਰਿਆਂ ਦੇ ਵਿੱਚ ਜਿਹੜੇ ਸਿਰੋ ਪਾਉ ਹਨ ਉਹ ਵੀ ਕੇਸਰੀ ਹਨ। ਦਰਅਸਲ ਜੋ ਪੰਥਕ ਨਿਸ਼ਾਨ ਸੀ ਉਹ ਬਸੰਤੀ ਸੀ। ਖੈਰ, ਉਮੀਦ ਹੈ ਕਿ ਉਹ ਜਿਹੜੇ ਸਾਡੇ ਉੱਥੇ ਵਿਦਵਾਨ ਹਨ ਉਹ ਉਸਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਸ ਚੀਜ਼ ਨੂੰ ਜੋ ਕਰਕੇ ਉਮੀਦ ਹੈ ਕਿ ਛੇਤੀ ਉਸਨੂੰ ਵੀ ਦਰੁਸਤ ਕਰ ਲੈਣਗੇ। ਮੈਂ ਪ੍ਰਧਾਨ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਸਮਾਂ ਸਮਾਪਤ ਹੈ, ਸਿਰਫ ਇੱਕ ਦੋ ਚੀਜ਼ਾਂ ਬੜੀਆਂ ਛੋਟੀਆਂ ਜਿਹੀਆਂ ਇੱਕ ਅੱਧੇ ਸੈਕਿੰਡ ਦੇ ਵਿੱਚ ਕਹਿ ਕੇ ਕਿ ਜਿਹੜਾ ਅੰਮ੍ਰਿਤ ਛਕਣਾ ਹੈ ਇਹ ਸਿੱਖ ਲਈ ਜ਼ਰੂਰੀ ਹੈ, ਇਹ ਲਾਜ਼ਮੀ ਹੈ, ਕਿਉਂਕਿ ਪਹਿਲੀ ਸ਼ਰਤ ਹੈ ਜਿਹੜਾ ਦਸਮੇਸ਼ ਦੇ ਖੰਡੇ ਬਾਟੇ 'ਤੇ ਨਿਸ਼ਚਾ ਰੱਖਦਾ। ਹੁਣ ਜੋ ਅੰਮ੍ਰਿਤ ਹੈ ਉਹ ਸਾਨੂੰ ਸਰਬਲੋਹ ਦੇ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ, ਸਰਬਲੋਹ ਦਾ ਕੜਾ ਹੱਥ ਦਿੱਤਾ ਜਾਂਦਾ। ਜੇ ਸਾਨੂੰ ਸਮਝਣਾ ਪਏਗਾ ਮਨੁ ਸਮ੍ਰਿਤੀ, ਪਰਾਸ਼ਰ ਸਮ੍ਰਿਤੀ, ਅਤਰੀ ਸੰਗਤਾ, ਇਹਨਾਂ ਦੇ ਵਿੱਚ ਦੋ ਚੀਜ਼ਾਂ ਲਿਖੀਆਂ ਹਨ। ਪਹਿਲੀ ਚੀਜ਼ ਤਾਂ ਲਿਖੀ ਹੈ, ਮੋਂਡਿਅੰਗ ਪ੍ਰਣਾਂਤੀ ਕੋ ਦੰਡੋ ਬ੍ਰਹਮਣਸਯ ਵਿਧਿਅਤੇ ਇਤਰੇਸ਼ਾ ਤੂੰ ਵਰਣਨਾ ਪ੍ਰਣਾਂਤੀ ਕੋ ਭਵੇਤ। ਜੇ ਕਿਸੇ ਬ੍ਰਾਹਮਣ ਦਾ ਪ੍ਰਾਣ ਦੰਡ ਕਰਨਾ ਹੋਏ, ਉਹਨੂੰ ਮੌਤ ਦੀ ਸਜ਼ਾ ਦੇਣੀ ਹੋਏ, ਉਸਨੂੰ ਹੋਰ ਕੁਛ ਨਾ ਕੀਤਾ ਜਾਏ, ਉਸਦੇ ਵਾਲ ਕੱਟ ਦਿੱਤੇ ਜਾਣ। ਪਰ ਜੇ ਕੋਈ ਹੋਰ ਕਰਦਾ ਹੈ ਤਾਂ ਉਸਨੂੰ ਮੌਤ ਦੀ ਸਜ਼ਾ ਦੇਣੀ ਹੀ ਜਾਇਜ਼ ਹੈ। ਮੋਂਡਿਅੰਗ ਪ੍ਰਣਾਂਤੀ ਕੋ ਦੰਡੋ ਬ੍ਰਹਮਣਸਯ ਵਿਧਿਅਤੇ ਇਤਰੇਸ਼ਾ ਤੂੰ ਵਰਣਨਾ ਪ੍ਰਣਾਂਤੀ ਕੋ ਭਵੇਤ। ਪਰ ਸਾਡੇ ਲਈ ਕੇਸ ਰੱਖਣੇ ਲਾਜ਼ਮੀ ਹੈ, ਕੇਸਾਂ ਨੂੰ ਕਟਾਉਣਾ ਇੱਕ ਕੁਰਹਿਤ ਹੈ। ਉਸ ਨਾਲੋਂ ਕਰਕੇ ਸਿੱਖ ਗੁਰੂ ਨਾਲੋਂ ਨਿਸ਼ਚਾ ਆਪਣਾ ਰਿਸ਼ਤਾ ਤੋੜ ਲੈਂਦਾ, ਪਰ ਮਤ ਇਹ ਖਿਆਲ ਕਰੇ ਕਿ ਮੈਂ ਅਗਰ ਕੇਸ ਰੱਖ ਲਏ ਹਨ, ਮੈਂ ਬੜੀ ਸੋਹਣੀ ਦੂਰੀ ਦਸਤਾਰ ਸਜਾ ਲਈ ਹੈ, ਤਾਂ ਮੈਂ ਅਗਰ ਮੇਰਾ ਜੀਵਨ ਨਹੀਂ ਹੈ ਮੈਂ ਪ੍ਰਵਾਨ ਹੋ ਜਾਵਾਂਗਾ। ਹਜ਼ੂਰ ਦਾ ਹੁਕਮ ਹੈ ਕਿ ਜਿਉਂ ਕਾਹੂਲੇ ਗਧਾ ਨਵਾਇਓ, ਫੂਲ ਮਾਲ ਤੈ ਮੂੰਡ ਧਰਾਇਓ, ਤੇ ਕਰ ਤਾਕੀ ਸੋਭਾ ਨਾਹੀ, ਹਾਸੀ ਹੋਤ ਸਬਸ ਜਗਮਾਹੀ। ਜੇ ਕੋਈ ਖੋਤੇ ਦੇ ਉੱਤੇ ਫੁੱਲਾਂ ਦੀ ਮਾਲਾ ਰੱਖ ਦੇਵੇ ਉਸਦੀ ਇੱਜ਼ਤ ਨਹੀਂ ਵੱਧ ਜਾਂਦੀ, ਉਹ ਹਾਸੇ ਦਾ ਕਾਰਨ ਬਣਦਾ ਹੈ। ਤਿਮ ਕੁਰੈਤੀਏ ਕੇਸ ਰਖਾਏ, ਕਹੋ ਸੋ ਕੈਸੇ ਸੋਭਾ ਪਾਏ, ਬੇਗ ਬਿਨਾਂ ਜਿਮ ਬਾਜ਼ੀ ਹੀਨ, ਰਹਿਤ ਬਿਨਾਂ ਇਹ ਕੇਸ ਮਲੀਨ। ਮਰਿਆਦਾ ਦਾ ਲਫਜ਼ੀ ਅਰਥ ਹੈ ਮਰਿਆ ਤੋਂ ਬਣਿਆ ਲਫਜ਼, ਮਰਿਆ ਸੰਸਕ੍ਰਿਤ ਦਾ ਲਫਜ਼ ਹੈ, ਨਦੀ ਦੇ ਦੋ ਕਿਨਾਰਿਆਂ ਨੂੰ ਮਰਿਆ ਕਿਹਾ ਜਾਂਦਾ। ਸੇ ਜੇ ਤਾਂ ਸਿੱਖ ਦਾ ਜੀਵਨ ਇਸ ਗੁਰਮਤ ਦੀ ਨਦੀ ਦੇ ਦੋ ਕਿਨਾਰਿਆਂ ਦੇ ਅੰਦਰ ਚੱਲ ਰਿਹਾ ਹੈ, ਫਿਰ ਤਾਂ ਉਹ ਮਰਿਆਦਾ ਵਿੱਚ ਹੈ, ਨਹੀਂ ਤਾਂ ਮਰਿਆਦਾ ਪੁਰਸ਼ੋਤਮ ਵੈਸੇ ਵੀ ਕਈਆਂ ਨੂੰ ਕਿਹਾ ਜਾਂਦਾ ਹੈ। ਸਾਨੂੰ ਮਰਿਆਦਾ ਚਾਹੀਦੀ ਹੈ, ਸਾਡੀ ਜਾਤ ਚਾਹੀਦੀ ਹੈ, ਪਰ ਉਹ ਰਹਿਤ ਦੀ ਮਰਿਆਦਾ ਚਾਹੀਦੀ ਹੈ, ਰਹਿਤ ਸਿੱਖ ਰਹਿਤ ਚਾਹੀਦੀ ਹੈ, ਨਾ ਕਿ ਕੇਵਲ ਕੋਈ ਦੂਜੀ ਚਾਹੀਦੀ ਹੈ। ਅਖੀਰਲਾ ਲਫ਼ਜ਼ ਹੈ ਕਿ ਜੇ ਸਾਨੂੰ ਕੋਈ ਸ਼ੰਕਾ ਹੋਏ, ਕੋਈ ਵੀ ਕੋਈ ਭੁੱਲ ਹੋਏ, ਕੋਈ ਭੁਲੇਖਾ ਹੋਏ, ਤਾਂ ਇਸ ਵਿੱਚ ਸਾਫ਼ ਹੈ ਕਿ ਸੰਗਤ ਦੇ ਵਿੱਚ ਖੜ੍ਹਾ ਹੋ ਕੇ ਗੱਲ ਵਿੱਚ ਪਰਨਾ ਪਾ ਲਵੇ ਔਰ ਉਹਨਾਂ 'ਚੋਂ ਪੰਜ ਪਿਆਰੇ ਚੁਣ ਕੇ ਉਸਦੀ ਕਰਨ। ਇਹ ਮਾਘੀ ਵਾਲੇ ਦਿਨ ਅਸੀਂ ਬੇਦਾਵਾ ਪੜਵਾਇਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਲਫ਼ਜ਼ ਹਨ, ਇੱਕ ਦਿਹਾੜੇ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਏ ਸਾਡੇ ਲਿਖੀ ਫਕੀਰੀ, ਉਹ ਮਸਤਕ ਤਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ। ਸੋ ਜੇ ਅਗਰ ਕੋਈ ਭੁਲੇਖਾ ਹੈ, ਇਸ ਦੀ ਅਖੀਰਲੀ ਮਦ ਹੈ ਕਿ ਇਸ ਦਾ ਨਿਰਣਾ ਕਰਨ ਦਾ ਅਧਿਕਾਰ ਪੰਥ ਨੂੰ ਹੈ, ਮੈਨੂੰ ਨਹੀਂ ਹੈ, ਕਿਸੇ ਹੋਰ ਲੋਕਲ ਸੰਗਤ ਨੂੰ ਨਹੀਂ ਹੈ, ਕਿਸੇ ਵਿਅਕਤੀ ਨੂੰ ਨਹੀਂ ਹੈ। ਜੇ ਕਿਸੇ ਨੂੰ ਕੋਈ ਸ਼ੱਕ ਹੈ, ਸ਼ੰਕਾ ਹੈ, ਤਾਂ ਉਹ ਪੰਥ ਦੀ ਨੁਮਾਇੰਦਾ ਜਮਾਤ ਪੰਥ ਦੇ ਅੱਗੇ ਪੇਸ਼ ਹੋ ਕੇ ਆਪਣੇ ਸ਼ੱਕ ਦੂਰ ਕਰ ਸਕਦਾ ਹੈ। ਪੰਥ ਨੂੰ ਹੱਕ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਕਰੇ, ਕਿਸੇ ਨਿੱਜੀ ਵਿਅਕਤੀ ਨੂੰ ਇਸ ਦਾ ਕੋਈ ਹੱਕ ਨਹੀਂ ਹੈ। ਇਹਨਾਂ ਲਫ਼ਜ਼ਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਦਿੱਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਪ੍ਰਵਾਨ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।